ਤੁਸੀਂ ਦੇਖ ਸਕਦੇ ਹੋ ਹਰਨਾਮ ਦਾਸਪੁਰੇ ਤੋਂ ਤੁਹਾਡੇ ਨਾਲ ਲਾਈਵ ਆ ਜਿੱਥੇ ਕਿ ਕੱਲ੍ਹ ਦਿਨ ਦਿਹਾੜੇ ਐਕਸ ਕੌਂਸਲਰ ਅਤੇ ਫੂਡ ਕਾਂਗਰਸ ਦੇ ਯੂਥ ਦੇ ਦਿਹਾਤੀ ਦੇ ਪ੍ਰਧਾਨ ਸਨ ਸੁਖਮੀਤ ਡਿਪਟੀ ਉਹਨਾਂ ਨੂੰ ਦਿਨ ਦਿਹਾੜੇ ਬਦਮਾਸ਼ਾਂ ਵੱਲੋਂ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉੱਥੇ ਹੀ ਸੂਤਰਾਂ ਤੋਂ ਸਾਨੂੰ ਖਬਰ ਆ ਰਿਹਾ ਕਿ ਰੋਪੜ ਤੋਂ ਉਹ ਚਾਰ ਬਦਮਾਸ਼ਾਂ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਲੰਧਰ ਦੀ ਪੁਲਿਸ ਜਲਦ ਹੀ ਇਸ ਘਟਨਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰੇਗੀ। ਤੁਹਾਨੂੰ ਦੱਸ ਦਈਏ ਕਿ ਐਕਸ ਕੌਂਸਲਰ ਸੁਖਮੀਤ ਡਿਪਟੀ ਹੁਣਾਂ ਨੇ ਛੋਟੀ ਉਮਰ ਦੇ ਵਿੱਚ ਹੀ ਆਪਣਾ ਕਾਫੀ ਨਾਮ ਅਤੇ ਰੁਤਬਾ ਬਣਾ ਲਿਆ ਸੀ। 2007 ਦੇ ਵਿੱਚ ਉਹਨਾਂ ਨੇ ਕਾਂਗਰਸ ਤੋਂ ਕੌਂਸਲਰ ਦੀ ਸੀਟ ਜਿੱਤੀ ਸੀ ਅਤੇ 2008 ਦੇ ਵਿੱਚ ਉਹ ਵੀ ਕਾਫੀ ਹੀ ਜੋ ਕਿ ਇੱਕ ਪ੍ਰੋਪਰਟੀ ਵਿਵਾਦ ਨੂੰ ਲੈ ਕੇ 10 ਸਾਲ ਜੇਲ੍ਹ ਦੇ ਵਿੱਚ ਵੀ ਕੱਟ ਕੇ ਆਏ ਨੇ ਅਤੇ ਉਹਨਾਂ ਦੇਖ ਸਕਦੇ ਤੁਸੀਂ ਅੰਤਿਮ ਸੰਸਕਾਰ ਦੇ ਵਿੱਚ ਕਈ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ। ਤੁਹਾਨੂੰ ਦੱਸ ਦਈਏ ਕਿ 2008 ਦੇ ਵਿੱਚ ਵੀ ਜੋ ਪ੍ਰੋਪਰਟੀ ਨੂੰ ਲੈ ਕੇ ਵਿਵਾਦ ਹੋਏ ਸਨ ਕਿਸੇ ਜਲੰਧਰ ਦੇ ਜਾਣੇ ਮਾਣੇ ਡਿਸਟ੍ਰੀਬਿਊਟਰ ਫਿਲਮੀ ਡਿਸਟ੍ਰੀਬਿਊਟਰ ਦੇ ਮੁੰਡੇ ਮਿੱਕੀ ਦੇ ਅਪਹਰਣ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਰਹੇ ਸਨ ਅਤੇ ਇਹਨਾਂ ਦਾ ਨਾਮ ਵੀ ਸਾਹਮਣੇ ਆਇਆ ਸੀ ਅਤੇ ਇਹ 10 ਸਾਲ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ। ਉਹਨਾਂ ਨੇ ਛੋਟੀ ਉਮਰ ਦੇ ਵਿੱਚ ਵੀ ਆਪਣਾ ਨਾਮ ਅਤੇ ਰੁਤਬਾ ਕਮਾ ਲਿਆ ਸੀ ਲੇਕਿਨ 2008 ਦੇ ਵਿੱਚ ਪ੍ਰੋਪਰਟੀ ਵਿਵਾਦ ਨੂੰ ਲੈ ਕੇ